ਕਰਮਜੀਤ ਅਨਮੋਲ ਦੀ ਚੋਣ ਮੁਹਿੰਮ 'ਚ ਸ਼ਾਮਲ ਹੋ ਰਹੇ ਸਾਥੀ ਕਲਾਕਾਰ। ਇਹੋ ਜਿਹਾ ਬੰਦਾ ਵੱਡੀ ਗੱਲ ਸਾਡੇ ਵਾਲੇ ਇੱਧਰਲੇ ਪਾਸੇ ਮਿਲਣਾ ਨਹੀਂ, ਕਰਮਜੀਤ ਅਨਮੋਲ ਵਰਗਾ ਸਾਰੇ ਪਾਸੇ ਇਸਦਾ ਹੀ ਕਹਿੰਦੇ ਆ, ਬਹੁਤ ਪਿਆਰ ਔਰ ਸਾਰੇ ਪਾਸੇ ਜਾਂਦੇ ਆ ਸੰਗਤ 'ਚ ਬੜਾ ਬੜਾ ਉਤਸ਼ਾਹ ਹੈ ਅਤੇ ਬੜਾ ਸਾਰੇ ਉਤਸ਼ਾਹ ਦੇ ਨਾਲ ਸਾਰੇ ਬੀਬੀਆਂ ਭੈਣਾਂ ਜਿੱਥੇ ਵੀ ਜਾਂਦੇ ਆ ਇਕੱਠ ਇਕੱਠ ਇੰਨਾ ਹੁੰਦਾ ਅਤੇ ਬਹੁਤ ਬਹੁਤ ਸਤਿਕਾਰ ਮਿਲਦਾ। ਸੋ ਸਾਰੇ ਤੁਹਾਡੇ ਬਦੌਲਤ ਹੀ ਹੈ ਜੀ, ਜਿੱਥੇ ਵੀ ਸਾਡਾ ਭਰਾ ਹੈਗਾ ਅੱਜ ਅਤੇ ਵੀਰ ਨੂੰ ਵਾਹਿਗੁਰੂ ਨੇ ਨਵਾਜ਼ਿਆ ਅਤੇ ਤੁਸੀਂ ਵੀ ਆਪਣੀਆਂ ਵੋਟਾਂ ਪਾ ਕੇ ਵੀਰ ਨੂੰ ਨਵਾਜ਼ੋ। ਬਿਨੂ ਢਿੱਲੋਂ ਵੀ ਕਰ ਚੁੱਕੇ ਨੇ ਇੱਕ ਦਰਜਨ ਤੋਂ ਵੱਧ ਚੋਣ ਸਭਾਵਾਂ। ਸੋਨੀਆ ਮਾਨ ਨੇ ਵੀ ਫਰੀਦਕੋਟ ਜ਼ਿਲ੍ਹੇ 'ਚ ਕੀਤੀ ਚੋਣ ਰੈਲੀ। ਫਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਨ ਕਰਮਜੀਤ ਅਨਮੋਲ। ਫਰੀਦਕੋਟ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਅਨਮੋਲ ਦੀ ਚੋਣ ਮੁਹਿੰਮ 'ਚ ਸਾਥੀ ਕਲਾਕਾਰ ਵੀ ਜ਼ੋਰਾਂ ਸ਼ੋਰਾਂ ਨਾਲ ਹਿੱਸਾ ਲੈ ਰਹੇ ਨੇ। ਅੱਜ ਹਰਬੀਰ ਸੰਘਾ ਕਰਮਜੀਤ ਅਨਮੋਲ ਦੇ ਚੋਣ ਪ੍ਰਚਾਰ ਮੌਕੇ ਪਹੁੰਚੇ ਅਤੇ ਆਪਣੇ ਸਾਥੀ ਦੇ ਹੱਕ 'ਚ ਵੋਟਾਂ ਵੀ ਮੰਗੀਆਂ। ਇਸ ਮੌਕੇ ਹਰਬੀਰ ਸੰਘਾ ਲੋਕਾਂ ਨੂੰ ਵੀ ਕਰਮਜੀਤ ਅਨਮੋਲ ਦੇ ਹੱਕ 'ਚ ਨਿਤਰਨ ਦੀ ਅਪੀਲ ਕਰਦੇ ਹੋਏ ਨਜ਼ਰ ਆਏ। ਦੇਖੋ ਬਾਈ ਜੀ, ਕਰਮਜੀਤ ਅਨਮੋਲ ਸਾਹਿਬ ਦਾ ਸਤਿਕਾਰ ਪਿਆਰ, ਬਾਈ ਨੂੰ ਲੱਡੂਆਂ ਨਾਲ ਤੋਰ ਰਹੇ ਨੇ, ਕਿਆ ਬਾਤ ਹੈ, ਕੱਲੀ ਕੱਲੀ ਕਿਆ ਬਾਤ ਹੈ, ਜਿੰਦਾਬਾਦ। ਇੰਨੇ ਨਹੀਂ, ਕਰਮਜੀਤ ਅਨਮੋਲ ਦੇ ਸਾਥੀ ਕਲਾਕਾਰ ਬਿਨੂ ਢਿੱਲੋਂ ਤਾਂ ਇੱਕ ਦਰਜਨ ਤੋਂ ਵੱਧ ਚੋਣ ਸਭਾਵਾਂ ਫਰੀਦਕੋਟ ਲੋਕ ਸਭਾ ਹਲਕੇ 'ਚ ਕਰ ਚੁੱਕੇ ਨੇ, ਜਦਕਿ ਕਰਮਜੀਤ ਅਨਮੋਲ ਨਾਲ ਲਾਈਵ ਹੋ ਕੇ ਵੀ ਬਿਨੂ ਲੋਕਾਂ ਨੂੰ ਅਪੀਲ ਕਰਦੇ ਨਜ਼ਰ ਆਏ ਨੇ। ਬੀਤੇ ਦਿਨ ਕਲਾਕਾਰ ਸੋਨੀਆ ਮਾਨ ਨੇ ਵੀ ਕਰਮਜੀਤ ਅਨਮੋਲ ਦੇ ਹੱਕ 'ਚ ਫਰੀਦਕੋਟ ਜ਼ਿਲ੍ਹੇ 'ਚ ਚੋਣ ਰੈਲੀਆਂ ਕੀਤੀਆਂ ਸਨ। ਸੋਨੀਆ ਮਾਨ ਨੇ ਕਿਹਾ ਕਿ ਕਲਾਕਾਰ ਸਮਾਜ ਦਾ ਸ਼ੀਸ਼ਾ ਹੁੰਦੇ ਹਨ। ਸੀਐਮ ਭਗਵੰਤ ਮਾਨ ਵੀ ਇੱਕ ਪੰਜਾਬੀ ਕਲਾਕਾਰ ਨੇ ਅਤੇ ਉਹ ਪੰਜਾਬ ਦੇ ਸਭ ਤੋਂ ਮਜ਼ਬੂਤ ਮੁੱਖ ਮੰਤਰੀ ਸਾਬਤ ਹੋ ਰਹੇ ਨੇ। ਇਸ ਮੌਕੇ ਸੋਨੀਆ ਮਾਨ ਨੇ ਇਹ ਵੀ ਕਿਹਾ ਕਿ ਕਰਮਜੀਤ ਅਨਮੋਲ ਫਰੀਦਕੋਟ ਲੋਕ ਸਭਾ ਹਲਕੇ ਦੇ ਵਿਕਾਸ ਲਈ ਹਰ ਤਰ੍ਹਾਂ ਦਾ ਯੋਗਦਾਨ ਪਾਉਣਗੇ। ਦੱਸਦੇ ਕਿ ਲਗਾਤਾਰ ਕਰਮਜੀਤ ਅਨਮੋਲ ਦੇ ਵੱਲੋਂ ਚੋਣ ਮੁਹਿੰਮ ਜਾਰੀ ਰੱਖੀ ਹੋਈ ਹੈ, ਜਿਸ ਤਹਿਤ ਉਹ ਆਪਣੇ ਹਲਕੇ ਦੇ ਵੱਖ ਵੱਖ ਇਲਾਕਿਆਂ ਦੇ ਵਿੱਚ ਜਾ ਕੇ ਚੋਣ ਪ੍ਰਚਾਰ ਕਰ ਰਹੇ ਨੇ। ਇਸ ਦੌਰਾਨ ਪੰਜਾਬੀ ਗਾਇਕ ਤੇ ਰਾਮਪੁਰਾ ਫੂਲ ਦੇ ਵਿਧਾਇਕ ਬਲਕਾਰ ਸਿੱਧੂ ਵੀ ਨਾਲ ਰਹਿੰਦੇ ਨੇ। ਇਸ ਦੌਰਾਨ ਵੱਖ ਵੱਖ ਕਲਾਕਾਰ ਵੀ ਉਹਨਾਂ ਦੇ ਹੱਕ ਦੇ ਵਿੱਚ ਨਿਤਰ ਕੇ ਲੋਕਾਂ ਤੋਂ ਵੋਟਾਂ ਮੰਗ ਰਹੇ ਨੇ, ਜਿਨ੍ਹਾਂ ਦੇ ਵਿੱਚੋਂ ਪੰਜਾਬੀ ਗਾਇਕ ਤੇ ਰਾਮਪੁਰਾ ਫੂਲ ਦੇ ਵਿਧਾਇਕ ਬਲਕਾਰ ਸਿੱਧੂ ਵੀ ਮੌਜੂਦ ਰਹਿੰਦੇ ਨੇ। ਬਿਊਰੋ ਰਿਪੋਰਟ, ਦੈਨਿਕ ਸਵੇਰਾ ਟੀਵੀ। देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब, फेसबुक, इंस्टाग्राम, एक्स और व्हाट्सएप चैनल पर।